ਨਮਸਕਾਰ ਦੋਸਤੋ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬਣੇ ਰਹਿਣ ਲਈ। ਮੇਰਾ ਨਾਮ ਦੋਸਤੋ ਗੁਰਸੇਵ ਸਿੰਘ ਹੈ। ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ, ਠੀਕ ਹੈ ਦੋਸਤੋ, ਜੋ ਇੰਡੀਅਨ ਆਰਮੀ ਕੀ ਰਿਜ਼ਲਟ ਕੱਢਿਆ ਗਿਆ ਦੋਸਤੋ, ਠੀਕ ਹੈ, GD ਦਾ, ਉਸ ਦੇ ਬਾਰੇ ਗੱਲ। ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਦੋਸਤੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਤੱਕ ਹਰ ਇੱਕ ਕੀ ਨੌਕਰੀ ਦੀ ਜਾਣਕਾਰੀ ਲੈ ਕੇ ਗਏ ਸਮੇਂ ਤੋਂ ਸਮੇਂ, ਤਾਂ ਤੁਸੀਂ ਕਰਨਾ ਕੀ ਹੈ ਦੋਸਤੋ, ਸਾਡੇ ਯੂਟਿਊਬ ਚੈਨਲ ਨੂੰ ਕਿ ਦੋਸਤੋ ਸਬਸਕ੍ਰਾਈਬ ਕਰ ਲੈਣਾ, ਜਿਸ ਦਾ ਨਾਮ ਦੋਸਤੋ ਸੇਵਕਨ ਫੋ ਹੈ। ਤਾਂ ਤੁਸੀਂ ਦੋਸਤੋ ਜੇ ਉਹਨੂੰ ਫਾਲੋ ਕਰੋਗੇ ਸੇਵਕਨ ਫੋ ਨੂੰ, ਤਾਂ ਤੁਹਾਨੂੰ ਮਿਲ ਜਾਣਾ। ਉਸ ਤੋਂ ਬਾਅਦ ਦੋਸਤੋ ਇਹਨੂੰ ਕਿ ਬੈਲ ਦਾ ਬਟਨ ਆ ਜੋ ਇਹ ਬਣਿਆ ਹੋਇਆ ਦੋਸਤੋ, ਇਹਨੂੰ ਕਿ ਨੋਟੀਫਿਕੇਸ਼ਨ ਨੂੰ ਔਨ ਕਰ ਲੈਣਾ ਹੈਗਾ। ਇਸ ਦੇ ਨਾਲ ਜੋ ਵੀ ਕੋਈ ਨੋਟੀਫਿਕੇਸ਼ਨ ਮਤਲਬ ਵੀਡੀਓ ਅਸੀਂ ਪਾਉਣੀ ਆ ਦੋਸਤੋ, ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆਪਣੇ ਮੋਬਾਈਲ ਦੇ ਵਿੱਚ ਕੀ ਹੈ, ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਜਾਇਆ ਕਰੂਗੀ। ਤਾਂ ਦੋਸਤੋ ਅੱਜ ਗੱਲ ਕਰਾਂਗੇ, ਕਿਉਂਕਿ ਇੰਡੀਅਨ ਆਰਮੀ ਨੇ ਕੀ ਹੈ ਦੋਸਤੋ ਰਿਜ਼ਲਟ ਕੱਢਿਆ ਹੈਗਾ ਦੋਸਤੋ। ਇੰਡੀਅਨ ਆਰਮੀ ਨੇ ਅੱਜ ਕੀ ਹੈ ਮਤਲਬ 12 ਨਵੰਬਰ ਨੂੰ, ਠੀਕ ਹੈ, ਅਕਤੂਬਰ ਦੇ ਵਿੱਚ ਇਗਜ਼ਾਮ ਸੀ ਜਲੰਧਰ ਜੋਨ ਦਾ ਦੋਸਤੋ, ਉਹਦਾ ਰਿਜ਼ਲਟ ਕੱਢਿਆ ਹੈਗਾ ਜਿਹਦੇ ਵਿੱਚ, ਠੀਕ ਹੈ, ਇਹ ਆਪਾਂ ਰਿਜ਼ਲਟ ਦੋਸਤੋ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੋਸਤੋ ਮਿਲ ਜੂ, ਉੱਥੇ ਜਾ ਕੇ ਤੁਸੀਂ ਇਹਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ ਦੋਸਤੋ। ਤਾਂ ਦੋਸਤੋ ਮੇਰੇ ਵੱਲੋਂ ਉਹਨਾਂ ਨੂੰ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਜੋ ਉਸ ਇਗਜ਼ਾਮ ਦੇ ਵਿੱਚ ਪਾਸ ਹੋਏ ਨੇ, ਠੀਕ ਹੈ ਦੋਸਤੋ, ਉਹ ਹੁਣ ਕੀ ਆ ਵਧੀਆ ਹੁਣ ਆਰਮੀ ਦੇ ਵਿੱਚ ਚਲੇ ਜਾਣਗੇ, ਸਾਡੇ ਦੇਸ਼ ਦੀ ਰੱਖਿਆ ਕਰਨਗੇ। ਤਾਂ ਦੋਸਤੋ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਠੀਕ ਹੈ, ਮੇਰੇ ਵੱਲੋਂ ਕੋਈ ਜਿਸ ਪਾਸ ਹੋਏ ਨੇ। ਤਾਂ ਜੋ ਕੈਂਡੀਡੇਟ ਰਹਿ ਗਏ ਨੇ ਦੋਸਤੋ, ਨਿਰਾਸ਼ ਨਾ ਹੋ, ਉਹਨਾਂ ਬਾਰੇ ਇੱਕ ਵਾਰੀ ਮਿਹਨਤ ਕਰਨ ਉਹ, ਤਾਂ ਠੀਕ ਆ, ਕੋਈ ਜਿਸ ਨੇ ਆਪਦੀ ਤਿਆਰੀ ਕਰਕੇ ਅੱਗੇ ਵੀ ਮਤਲਬ ਆਪਦਾ ਮਤਲਬ ਇਗਜ਼ਾਮ ਕਲੀਅਰ ਕਰਕੇ ਲੱਗ ਸਕਦੇ ਨੇ। ਤਾਂ ਦੋਸਤੋ ਆਪਾਂ ਲਿਸਟ ਬਾਰੇ ਤੁਹਾਨੂੰ ਮਾੜੀ ਜਾਣਕਾਰੀ ਦੇਊਂਗਾ ਦੋਸਤੋ, ਅਸੀਂ ਡਾਊਨਲੋਡ ਕਰ ਚੁੱਕੇ ਹਾਂਗੇ, ਤੁਸੀਂ ਦੇਖ ਸਕਦੇ ਹੋ ਦੋਸਤੋ, ਇਹ ਵਿੱਚ ਟੋਟਲ ਕੀ ਹੈ 24 ਪੇਜ ਨੇ, ਠੀਕ ਹੈ, ਜੋ ਤੁਹਾਨੂੰ ਕਿ ਨੀਚੇ ਤੁਸੀਂ ਡਾਊਨਲੋਡ ਕਰਕੇ ਦੇਖੋ ਸਿਲੈਕਟ ਬਾਏ ਕੈਂਡੀਡੇਟ ਹੈ। ਅਤੇ ਉਸ ਵਿੱਚ ਜਿੱਦਾਂ ਅੰਮ੍ਰਿਤਸਰ ਆ ਗਿਆ, ਠੀਕ ਹੈ, ਦੇ ਸਕਦੇ ਹੋ GD ਅੰਮ੍ਰਿਤਸਰ ਆ ਗਿਆ ਦੋਸਤੋ, ਠੀਕ ਹੈ, ਇੱਦਾਂ ਹੀ ਦੋਸਤੋ ਸਰਚ ਕਰੋਗੇ ਨੀਚੇ ਪਟਿਆਲਾ ਆ ਜਾਊਗਾ, ਥੱਲੇ ਤੁਸੀਂ ਦੇਖੋਗੇ ਮੈਂ ਸਾਰੇ ਲਿਸਟ ਵਾਈਜ਼ ਲਿਸਟ ਤੁਹਾਨੂੰ ਸਭ 'ਚ ਸਾਰੇ ਮਿਲ ਜਾਣਗੇ ਦੋਸਤੋ। ਦੇਖ ਸਕਦੇ ਹੁਣ ਪਟਿਆਲਾ ਵੀ ਉਰੇ ਆ ਗਿਆ ਦੋਸਤੋ, ਚੈੱਕ ਕਰ ਸਕਦੇ ਹੋ ਤੁਸੀਂ। ਤੁਸੀਂ ਦੇਖ ਸਕਦੇ ਹੋ ਦੋਸਤੋ, ਠੀਕ ਹੈ ਦੋਸਤੋ, ਇਹ ਸਾਰੀਆਂ ਲਿਸਟਾਂ ਨੇ, ਇਹ ਲਿਸਟ ਵਿੱਚ ਤੁਸੀਂ ਜਿਹੜਾ ਵੀ ਤੁਹਾਡਾ ਰੋਲ ਨੰਬਰ ਹੈਗਾ ਤਾਂ ਤੁਹਾਡੇ ਦੋਸਤ ਦਾ ਕਿਸੇ ਦਾ ਉਹਦਾ, ਤੁਸੀਂ ਕੀ ਇਹਨੂੰ ਦੇਖ ਸਕਦੇ ਹੋਗੇ ਵੀ ਇਹ ਰਿਜ਼ਲਟ ਉਹਨਾਂ ਉਹ ਕੈਂਡੀਡੇਟ ਦਾ ਹੈ ਜਿਹੜੇ ਕੈਂਡੀਡੇਟ ਕੀ ਇਗਜ਼ਾਮ ਦੇ ਵਿੱਚ ਕੀ ਸੀ ਪਾਸ ਹੋ ਚੁੱਕੇ ਨੇ, ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਦੋਸਤੋ। ਤਾਂ ਤੁਸੀਂ ਦੋਸਤੋ ਤੁਸੀਂ ਜੇਕਰ ਤੁਸੀਂ ਡਾਕਟਰ ਰਿਜ਼ਲਟ ਨੂੰ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦੂੰਗਾ, ਅਤੇ ਸਾਡੇ ਫੇਸਬੁੱਕ ਦਾ ਜੋ ਪੇਜ ਬਣਿਆ ਹੋਇਆ ਪੋਸਟਾਂ ਦਾ ਦੋਸਤੋ, ਉਸਦਾ ਵੀ ਲਿੰਕ ਪਾ ਦੂੰਗਾ, ਉੱਥੇ ਜਾ ਕੇ ਤੁਸੀਂ ਕੀ ਆ ਵੀ ਤੁਸੀਂ ਪੋਸਟਾਂ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋਗੇ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਵੀ ਵੱਧ ਤੋਂ ਵਧੀਆ ਵੀਡੀਓ ਬਣਾ ਕੇ ਲਈਏ, ਇਸ ਦੇ ਨਾਲ ਕੀ ਆ ਦੋਸਤੋ, ਠੀਕ ਹੈ, ਮਤਲਬ ਤੁਹਾਨੂੰ ਹਰ ਇੱਕ ਪੋਸਟ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਤੋਂ ਸਮੇਂ ਮਿਲ ਜਾਇਆ ਕਰੇ। ਤਾਂ ਦੋਸਤੋ ਤਾਂ ਹੁਣ ਕਰਨਾ ਕੀ ਆ, ਤੁਸੀਂ ਨੇ ਵੀ ਦੋਸਤੋ ਸਾਨੂੰ ਮਾੜਾ ਜਿਹਾ ਕਿ ਹੌਸਲਾ ਦੇਣਾ ਗਾ, ਤਾਂ ਤੁਸੀਂ ਨੇ ਕੀ ਕਰਨਾ ਹੁਣ ਦੋਸਤੋ, ਸਾਡਾ ਜਿਹੜਾ ਸੇਵਕਨ ਫੋ ਯੂਟਿਊਬ ਚੈਨਲ ਆ ਦੋਸਤੋ, ਉਸਨੂੰ ਕੀ ਸਬਸਕ੍ਰਾਈਬ ਕਰ ਲਓ, ਠੀਕ ਹੈ ਦੋਸਤੋ। ਤਾਂ ਆਪਣੇ ਦੋਸਤਾਂ ਦੇ ਵਿੱਚ ਵੱਧ ਤੋਂ ਵੱਧ ਕੀ ਉਹਨੂੰ ਸ਼ੇਅਰ ਕਰ ਦਿਓ ਦੋਸਤੋ, ਅਤੇ ਕਮੈਂਟ ਕਰੋ। ਤਾਂ ਦੋਸਤੋ ਤੁਸੀਂ ਦੱਸੋ ਕਿ ਆ ਵੀਡੀਓ ਕਿੱਦਾਂ ਦੀ ਬਣੀ ਆ, ਠੀਕ ਹੈ ਦੋਸਤੋ, ਕਿਵੇਂ ਆ, ਜਾਂ ਕਿਸੇ ਨੂੰ, ਤਾਂ ਜ਼ਰੂਰ ਆਪਣਾ ਕਮੈਂਟ ਦੱਸੋ, ਇਸ ਨਾਲ ਸਾਨੂੰ ਕੀ ਹੌਸਲਾ ਮਿਲਦਾ ਦੋਸਤੋ, ਅੱਗੇ ਵਧੀਆ ਵੀਡੀਓ ਬਣਾ ਕੇ ਲੈ ਕੇ ਆਉਂਦੇ ਹਾਂ। ਤਾਂ ਧੰਨਵਾਦ ਦੇ ਤੁਹਾਡੇ ਸਾਡੇ ਨਾਲ ਜੁੜਨ ਲਈ, ਬਹੁਤ ਬਹੁਤ।